ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਾਗੋਜ ਹੜ੍ਹ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਕਈ ਲਾਪਤਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੂਰਬੀ ਕਾਗੋਜ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਤੋਂ ਵੱਧ ਗਈ ਹੈ ਅਤੇ ਕਈ ਲੋਕ ਹਜੇ ਵੀ ਲਾਪਤਾ ਨੇ ਦੱਖਣੀ ਕੀ ਉਹ ਦੇ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਹਾਰਨਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਾਲੇਹੋ ਦੇ ਪ੍ਰਸ਼ਾਸਕ ਥੌਮਸ ਬੀ ਕੈਨ ਨੇ ਸ਼ਨੀਵਾਰ ਨੂੰ ਪੱਤਰਕਾਰ ਨੂੰ ਦੱਸਿਆ ਹੈ ਕਿ ਹੁਣ ਤੱਕ 203 ਲਾਸ਼ਾਂ ਮਿਲ ਚੁੱਕੀਆਂ ਨੇ ਬਾਕੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਮਿਕੋ ਵੀ ਪਿੰਡ ਵਿੱਚ ਸੈਕਰੇ ਘਰ ਹੜ੍ਹ ਦੇ ਪਾਣੀ ਚ ਵਹਿ ਗਏ ਕਿਉਂਕਿ ਬਚਾਅ ਕਰਮਚਾਰੀ ਅਤੇ ਹੋਰ ਲੋਕ ਸ਼ਨੀਵਾਰ ਤੋਂ ਲਾਸ਼ਾਂ ਦੀ ਭਾਲ ਚ ਮਲਬੇ ਨੂੰ ਖੋਦ ਰਹੇ ਹਨ ਹਾੜ ਪਰ ਬਾਵਤ ਐਨੋ ਰੀਟ ਜ਼ੁਕੀ ਜੀਵਾ ਨੇ ਕਹਿਆ ਹੈ ਕਿ ਉਸਨੇ ਆਪਣੇ ਸੋਰਿਸ ਮੇਂ ਆਪਣੇ ਪੂਰੇ ਪਰਿਵਾਰ ਘਵਾ ਲਿਆ ਉਹਨਾਂ ਦੇ ਕਈ ਗਵਾਂਡੀ ਵੀ ਮਾਰੇ ਗਏ ਉਸਨੇ ਕਿਹਾ ਕਿ ਪੂਰਾ ਪਿੰਡ ਬੰਜਰ ਜ਼ਮੀਨ ਸੇ ਬਦਲ ਗਿਆ ਹਾਰ ਪਾਸ ਸਿਰ ਪੱਥਰੀ ਪੱਥਰਾਂ ਅਤੇ ਅਸੀਂ ਇਹ ਵੀ ਨਹੀਂ ਦੱਸ ਰਹੀ ਕਿ ਸਾਡੀ ਜ਼ਮੀਨ ਕਿੱਥੇ ਸੀ ਜਿਹੜਾ ਮਲਬੇ ਜੇ ਦੱਬਿਆ ਲਾਸ਼ਾਂ ਨੂੰ ਖੋਜ ਕਰ ਰਹੇ ਇੱਕ ਬਚਾਅ ਕਰਮਚਾਰੀ ਨੇ ਕਿਹਾ ਕਿ ਪਿੰਡ ਵਾਸੀ ਲਾਸ਼ਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਨੇ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।